ਹੋ ਗਿਆ ਹੋ ਗਿਆ ਹੋ ਗਿਆ ਆਇਆ ਤੂੰ ਮਰੀ ਲੈ ਮਾਵਾਂ ਤੇ ਭੈਣਾਂ ਵੀ ਚੱਕ ਕੇ ਜੇਲਾਂ ਚ ਸਿੱਟਤੀਆਂ ਠੀਕ ਆ ਇਹਨਾਂ ਦੇ ਜਿਵੇਂ ਜ਼ਮੀਰ ਹੀ ਮਰ ਗਏ ਅਸੀਂ ਕਹਿਣ ਵਾਲੇ ਜਿਹੜੇ ਲਿਫਾਫਿਆਂ ਚੋਂ ਨਿਕਲਦੇ ਸੀ ਜਿਹੜਿਆਂ ਨੇ ਇੰਨਾ ਕਿਹਾ ਸੀਗਾ ਵੀ ਅਸੀਂ ਅੱਜ ਇੱਥੋਂ ਰੇਤ ਨਾਲ ਮਾਰਚ ਕੱਢਾਂਗੇ ਕਿੱਥੇ ਆ ਬੰਦੇ ਉਹ ਸਾਨੂੰ ਵਿਖਾਉਣਾ ਖੜੇ ਆ ਤਖ਼ਤ ਸਾਹਿਬ ਤੇ ਅਸੀਂ ਨਾਲੇ ਪਹਿਲਾਂ ਨਜ਼ਰਬੰਦ ਸੀ ਅਸੀਂ ਘਰਾਂ ਚੋਂ ਕਿਵੇਂ ਵੀ ਆਏ ਜੇ ਉਹ ਆਪਾਂ ਨੂੰ ਘੇਰ ਸਕਦੇ ਅਸੀਂ ਚਕਾਨਾ ਵੀ ਦੇ ਸਕਦੇ ਹਾਂ ਚਕਾਨਾ ਦੇ ਕੇ ਇੱਥੇ ਪਹੁੰਚੇ ਹੈ ਕਿ ਮੈਂ ਹੁਣ ਇੱਕ ਦੋ ਮਿੰਟਾਂ 'ਚ ਪਹੁੰਚਿਆ ਕਿ ਮੇਰੇ ਘਰੇ 5-7 ਜਾਣੇ ਲਾ ਰੱਖੇ ਸੀਗੇ ਅਤੇ ਹੁਣ ਕਹਿੰਦੇ ਥੋੜ੍ਹੀ ਟੇਬਲ 'ਤੇ ਗੱਲ ਕਰਾ ਦਿੰਦੇ ਹਾਂ ਪਰ ਕਿੰਨਾ ਨੇ ਕਮੇਟੀ ਦੇ ਪ੍ਰੋਗਰਾਮ ਦਿੱਤੇ ਸੀ ਉਹ ਕਮੇਟੀ ਦਾ ਇੱਕ ਵੀ ਮੈਂਬਰ ਨਹੀਂ ਇੱਥੇ ਪਹੁੰਚਿਆ ਇਹਨਾਂ ਨੇ ਪੁੱਛੜਪੁਣਾ ਕੀਤਾ ਆ ਦੇਖੋ ਸਾਰੇ ਬੰਨੇ ਲਾ ਕੇ ਤਖ਼ਤ ਸਾਹਿਬ ਓਨੀ ਬਾਹਰ ਫੋਰਸ ਲਾਈ ਹੈ ਇਹਨਾਂ ਨੇ ਸਾਰੇ ਬੰਨੇ ਫੋਰਸ ਲੱਗੀ ਆ ਹੱਦੋਂ ਵੱਧ ਫੋਰਸ ਲੱਗੀ ਆ ਸਾਰੇ ਬੰਨੇ ਅਤੇ ਤਾਂ ਕਰਕੇ ਬੇਨਤੀ ਕਰਦੇ ਹਾਂ ਜੇ ਚੜ੍ਹਦੀ ਕਲਾ ਵਾਲੇ ਸਿੰਘ ਹੁੰਦੇ ਨਾ ਉਹ ਪਹੁੰਚਦੇ ਆ ਮਰਨ ਤੋਂ ਨਹੀਂ ਡਰਦੇ ਆਹ ਖੜੇ ਆ ਕਿੰਨੇ ਵੀ ਆ ਖੜੇ ਆ ਅਤੇ ਪਰ ਕਿਹੜਾ ਇਹਨਾਂ ਨੇ ਪਾਲਕੀ ਸਜਾਉਣੀ ਸੀ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਹਰਪ੍ਰੀਤ ਸਿੰਘ ਵੱਲੋਂ ਉਹਦੀ ਹਜੇ ਅੰਦਰ ਖੜੀ ਹੈ ਅਸੀਂ ਕਹਿੰਦੇ ਹਾਂ ਵੀ ਕਿਤੇ ਵੀ ਗ੍ਰਿਫਤਾਰੀ ਹੋਵੇ ਅਸੀਂ ਪਹਿਲਾਂ ਸਿਰ ਦੇਵਾਂਗੇ ਗ੍ਰਿਫਤਾਰੀ ਤੋਂ ਨਹੀਂ ਭੱਜਦੇ ਪਰ ਅਸੀਂ ਅੰਮ੍ਰਿਤਪਾਲ ਨਾਲ ਹੈਗੇ ਹਾਂ ਰਹਾਂਗੇ ਮਰਦੇ ਦਮ ਤੱਕ ਤਾਂ ਕਰਕੇ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਅੱਜ ਉਹਨਾਂ ਦੇ ਬੱਚਿਆਂ ਨੂੰ ਪਿਆ ਕੱਲ੍ਹ ਨੂੰ ਤੁਹਾਡੇ ਬੱਚਿਆਂ ਨੂੰ ਪੈਣਗੇ ਤੁਸੀਂ